ਕੀ ਗੱਲ ਹੋਈ ਆ ਜੀ ਤੁਹਾਡਾ? ਅੱਜ ਸ਼ਾਦੇ ਖਾਣੇ ਕੱਲ ਦਾ ਤੇ ਮਲਾਈ ਬੱਚਾ ਚੁੱਕਿਆ ਜਿਹੜਾ ਜਿੰਨਾ ਕਰ ਝਗੜਾ ਹੋਇਆ ਸੀ ਤੇ ਉਹਨੂੰ ਖਾਣੇ ਲੈ ਕੇ ਕੱਲ ਦਾ ਭਾਇਆ ਸੀ ਜਿੰਨਾ ਦਾ ਬੱਚਾ ਸੀ ਉਹਨਾਂ ਧੱਕਾ ਆਇਆ ਗਿਆ ਸੀ ਉਹਨਾਂ ਵੱਲੋਂ ਪਰਿਵਾਰ ਵੱਲੋਂ। ਅਸੀਂ ਮੌਕੇ 'ਤੇ ਫੌਰਨ ਚੱਕ ਗਏ ਹਾਂ ਖਾਣਾ ਦਾ ਗੇਟ ਬੰਦ ਕੀਤਾ ਸੀ ਮੇਰੇ ਵੱਲੋਂ ਕਿਹਾ ਗਿਆ ਸੀ ਖਾਣੇ ਦਾ ਦਰਵਾਜ਼ਾ ਖੋਲਿਆ ਜਾਵੇ ਇਹਨੂੰ ਬੰਨ ਕੇ ਪਬਲਿਕ ਪ੍ਰੋਪਰਟੀ ਆ ਠੀਕ ਹੈ ਤਾਂ ਨਹੀਂ ਮੇਰੇ ਨਾਲ ਸਗੋਂ ਕਹਿੰਦੇ ਪਹਿਲਾਂ ਬਹਿਸ ਕਰਦੇ ਰਹੇ ਨੇ ਛੋਟੇ ਮੁਲਾਜ਼ਮਾਂ ਮੁੜ ਕੇ ਜਿਹੜੇ ਰਸਤੇ 'ਚੋਂ ਆ ਗਿਆ ਡਾਂਗਾ ਲੈ ਕੇ ਆ ਗਏ ਫਿਰ ਮੈਂ ਟੱਪ ਕੇ ਮਾਂ ਦੇ ਪੁੱਤ ਡਾਂਗਾ ਮਾਰ ਲਓ ਡਾਂਗਾ ਮੁੜ ਕੇ ਅੰਦਰ ਮਾਰ ਲਈਆਂ ਨੇ ਮੁੜ ਕੇ ਮੇਰੇ ਨਾਲ ਬਹਿਸ ਵਸਈਆ ਕਰਤਾ ਸੀ ਕਹਿੰਦਾ ਜੀ ਗਾਲ ਕੱਢੀ ਮੈਂ ਗਾਲ ਨਹੀਂ ਮਾਂ ਦੇ ਪੁੱਤ ਜਿਹੜੀ ਮਾਂ ਕੀਰਨੇ ਬਾਰੇ ਤੁਹਾਨੂੰ ਉਹ ਮਾਂ ਨਹੀਂ ਦੇਸ ਰਹੀ ਉਹਦੇ ਵੱਲ ਵੇਖਿਆ ਜਾਵੇ ਫਿਰ ਇਸੇ ਗੱਲੋਂ ਮੇਰੇ ਨਾਲ ਤਾਂਠ ਹੋਏ ਨੇ ਮੈਨੂੰ ਜਿਹੜਾ ਪਹਿਲਾਂ ਧੱਕੇ ਮਾਰ ਕੇ ਥਾਣੇ ਦੇ ਅੰਦਰੋਂ ਬਾਹਰ ਲੈ ਕੇ ਆਏ ਨੇ ਮੁੜ ਕੇ ਕਾਲਦਰ ਫੜ ਕੇ ਅੰਦਰ ਖੜਿਆ ਗਿਆ ਅੰਦਰ ਖੜ ਕੇ ਮੇਰੀ ਪੱਗ ਤਾਰੀ ਗਈ ਹੈ ਮੈਨੂੰ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਹੜੀਆਂ ਸੱਟਾਂ ਲੱਗੀਆਂ ਨੇ ਕਾਲਰ ਸੱਟ ਲੱਗੀ ਆ ਬਾਕੀ ਮੇਰੇ ਹੱਥ ਦੇ ਸੱਟਾਂ ਮੌਜੂਦ ਨੇ ਮੈਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਹਾਂ ਵੀ ਇਹਨਾਂ ਜਿੰਨੇ ਮੁਲਾਜ਼ਮ ਨੇ ਇਹ 6-7 ਲੱਖ ਜਿੰਨਾ ਮੈਨੂੰ ਕੀਤਾ ਆ ਇਹ ਸਾਰੇ ਨੌਕਰੀਆਂ ਡਿਸਮਿਸ ਕੀਤੇ ਜਾਣ ਫਿਰ ਸਾਡਾ ਜਿਹੜਾ ਧਰਨਾ ਆ ਇਹ ਜਾਰੀ ਰਹੇਗਾ। ਹੁਣ ਤੁਸੀਂ ਇਸ ਵਾਸਤੇ ਅਸੀਂ ਸੀਪੀ ਦਫ਼ਤਰ ਕਮਿਸ਼ਨਰ ਸਾਹਿਬ ਨੂੰ ਕਹਿੰਦੇ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਇਸ ਵਾਸਤੇ ਪਰ ਕੋਈ ਵੀ ਅਧਿਕਾਰੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੋਂ ਬੈਠੇ ਸਾਨੂੰ 1 ਘੰਟਾ ਹੋ ਚੱਲਿਆ ਕਰੀਬ ਤੁਹਾਨੂੰ ਇਸ ਟਾਈਮ ਕੋਈ ਇਸ ਟਾਈਮ ਕੋਈ ਵੀ ਅਧਿਕਾਰੀ ਜਿਹੜਾ ਸਾਡੇ ਤੋਂ ਨਹੀਂ ਪਹੁੰਚਿਆ ਇਹ ਬੜੀ ਵੱਡੀ ਪ੍ਰਸ਼ਾਸਨੀ ਨਲਾਇਕੀ ਆ ਨਾ ਉਹਨਾਂ ਪੱਤਰਕਾਰਾਂ ਨਾਲ ਜਿਹੜੀ ਜੈਲਸੀ ਰੱਖਣ ਦੇ ਨੇ ਖਬਰਾਂ ਲਾਉਣ ਤੋਂ ਜਿਹੜਾ ਖਬਰਾਂ ਲਾ ਰਹੇ ਜਿਹੜਾ ਉਹਨਾਂ ਨੇ ਚਾਪੂਸੀ ਕਰਦਾ ਆ ਉਹਨੂੰ ਇਹ ਚੀਜ਼ ਹੋਰੀ ਕਰਦੇ ਜਿਹੜਾ ਮਾੜੀ ਖਬਰ ਨੇ ਐਂਟੀ ਲਾਉਂਦਾ ਆ ਉਹਨਾਂ ਜਿਸ ਤਰ੍ਹਾਂ ਮੇਰੇ ਨਾਲ ਵਿਹਾਰ ਕੀਤਾ ਕਿ ਇਸ ਤਰ੍ਹਾਂ ਸਾਰਿਆਂ ਨੇ ਵਿਹਾਰ ਕੀਤਾ।